ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅੱਜ ਰੋੜਕਾ ਕਲਾਂ ਤੋਂ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਤੋਂ ਇੱਕ ਬਹੁਤ ਵੱਡਾ ਕਾਫਲਾ ਟਰੈਕਟਰਾਂ ਦਾ ਜੋ ਕਿਸਾਨਾਂ ਵੱਲੋਂ ਅੱਜ ਦੁਪਹਿਰ ਤੋਂ ਚੱਲਿਆ ਸੀਗਾ ਉਹ ਅੱਜ ਰਸਤੇ ਵਿੱਚ ਰਾਜਪੁਰੇ ਦੇ ਲਗਭਗ ਪਹੁੰਚ ਚੁੱਕਾ ਆ ਅਤੇ ਇੱਥੇ ਜਿਹੜੇ ਵੱਖ ਵੱਖ ਜਿਹੜੇ ਵੀਰ ਆ ਰੋੜਕਾ ਕਲਾਂ ਅਤੇ ਆਸ ਪਾਸ ਜਿਹੜੇ ਪਿੰਡਾਂ ਦੇ ਕਿਸਾਨ ਵੀਰ ਆ ਅਤੇ ਨੌਜਵਾਨ ਆ ਆਪਾਂ ਉਹਨਾਂ ਨਾਲ ਗੱਲ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੋ ਜਿਹਾ ਜੋਸ਼ ਆ ਅਤੇ ਕਿਹੋ ਜਿਹਾ ਜਿਹੜਾ ਇੱਥੇ ਮਾਹੌਲ ਆ ਅਤੇ ਆਪਾਂ ਰਸਤੇ ਵਿੱਚ ਆਉਂਦੇ ਦੇਖਦੇ ਹਾਂ ਅਤੇ ਜਿੱਦਾਂ ਟਰੈਕਟਰਾਂ ਦੀਆਂ ਬਹੁਤ ਲੰਬੀਆਂ ਲੰਬੀਆਂ ਡਾਰਾਂ ਆ ਰਹੀਆਂ ਇਹ ਜਿਹੜਾ ਮਾਹੌਲ ਆ ਇਹਨੂੰ ਆਪਾਂ ਕਿਵੇਂ ਦੇਖਦੇ ਹਾਂ ਅਤੇ ਜਿਹੜਾ 26 ਜਿਹੜਾ ਤਰੀਕ ਦੀ ਜਿਹੜੀ ਹੈਗੀ ਆ ਟਰੈਕਟਰ ਮਾਰਚ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੋ ਜਿਹਾ ਮਾਹੌਲ ਆ ਰੋਡ ਦੇ ਉੱਤੇ ਅਤੇ ਕਿਹੋ ਜਿਹਾ ਜੋਸ਼ ਲੈ ਕੇ ਆਪਾਂ ਚੱਲ ਰਹੇ ਹਾਂ? ਦੇਖੋ ਜੀ, ਬਹੁਤ ਹੀ ਜੋਸ਼ੀਲਾ ਮਾਹੌਲ ਆ ਰੋਡ ਦੇ ਉੱਤੇ। ਪੰਜਾਬ ਦੇ ਵਿੱਚੋਂ ਅਸੀਂ ਰਾਜਪੁਰੇ ਤੱਕ ਦੇਖ ਰਹੇ ਹਾਂ, ਲੱਖਾਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਜਾ ਰਹੇ ਆ 26 ਜਨਵਰੀ ਦੀ ਪਰੇਡ ਦੇ ਲਈ, ਦਿੱਲੀ ਦੇ ਲਈ। ਅਤੇ ਇੱਕ ਵਰਲਡ ਰਿਕਾਰਡ ਬਣਨ ਜਾ ਰਿਹਾ ਕਿ 26 ਜਨਵਰੀ ਸਾਡਾ ਗਣਤੰਤਰ ਦਿਵਸ ਪਿਆ ਅਤੇ ਉਹਦੇ ਉੱਤੇ ਪਹਿਲੀ ਵਾਰੀ ਕਿਸਾਨੀ ਝੰਡੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਝੂਲਣਗੇ। ਬਹੁਤ ਜੋਸ਼ ਆ, ਨੌਜਵਾਨ ਵਰਗ ਪੂਰੇ ਸਾਡੇ ਬਜ਼ੁਰਗਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਿਹਾ ਇਸ ਵੇਲੇ ਜੀ, ਅਤੇ ਬਹੁਤ ਹੀ ਉਤਸ਼ਾਹ ਸਾਰਿਆਂ 'ਚ। ਅਤੇ ਜਿਹੜੇ ਮੋਦੀ ਸਰਕਾਰ ਨੇ 3 ਕਾਨੂੰਨ ਇਹ ਬਣਾਏ ਸੀਗੇ ਅਤੇ ਉਹਨੂੰ ਰੱਦ ਕਰਾਉਣ ਦੇ ਲਈ ਜਿਹੜਾ ਇਹ ਮਾਰਚ ਅਸੀਂ ਕੱਢ ਰਹੇ ਹਾਂ, ਪੰਜਾਬ ਦੇ ਪੂਰੇ ਨੌਜਵਾਨ ਯੂਥ ਵੱਲੋਂ, ਸਾਰਾ ਯੂਥ, ਸਾਡੇ ਬਜ਼ੁਰਗ ਕਿਸਾਨ ਆਗੂ ਜਿੰਨੀਆਂ ਜਥੇਬੰਦੀਆਂ ਦੀ ਸਾਡੇ ਅਗਵਾਈ ਕਰ ਰਹੇ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਆ ਅਤੇ ਚੱਲਣਗੇ। ਅਤੇ ਉਮੀਦ ਆ ਵੀ ਅਸੀਂ ਇਹ ਜਿਹੜੇ ਕਾਨੂੰਨ ਹੈ ਵਾਪਸ ਕਰਾ ਕੇ ਆਵਾਂਗੇ। ਸੋ ਇਹ ਜਿਹੜੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਕਰਾ ਕੇ ਆਉਣ ਦਾ ਤਹੀਆ ਆ, ਪੰਜਾਬ ਦੇ ਬੱਚੇ ਬੱਚੇ ਨੇ, ਪੰਜਾਬ ਦੇ ਬਜ਼ੁਰਗ ਨੇ, ਮਾਮਾ ਧੀਆਂ ਭੈਣਾਂ ਨੇ ਇਹ ਜਿਹੜਾ ਤਹੀਆ ਕੀਤਾ ਆ, ਉਸ ਜੋਸ਼ ਨੂੰ ਬਰਕਰਾਰ ਰੱਖਦੇ ਹੋ ਆਪਣੇ ਨਾਲ ਲੈ ਕੇ ਚੱਲ ਰਹੇ ਆ ਅਤੇ ਸਾਡੇ ਨਾਲ ਹੋਰ ਨੌਜਵਾਨ ਨੇ, ਇਹਨਾਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਅਤੇ ਜਿਹੜਾ ਮਾਹੌਲ ਆ ਇਹਨੂੰ ਆਪਾਂ ਕਿੱਦਾਂ ਦੇਖਦੇ ਹਾਂ? ਇਹ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਸੰਘਰਸ਼ ਚੱਲਦਾ ਅਤੇ ਉਹ ਸੰਘਰਸ਼ ਦੇ ਵਿੱਚ ਸਾਡੀਆਂ ਮਾਮਾ ਭੈਣਾਂ ਮਾਤਾਵਾਂ ਅਤੇ ਸਾਡੇ ਬਜ਼ੁਰਗਾਂ ਨੇ ਹਿੱਸਾ ਪਾਇਆ ਅਤੇ ਇਸੇ ਸੰਘਰਸ਼ ਦੇ ਤਹਿਤ ਜਿਹੜੀ 26 ਜਨਵਰੀ ਨੂੰ ਪਰੇਡ ਹੋ ਰਹੀ ਆ, ਇੱਕ ਇਤਿਹਾਸਿਕ ਗੱਲ ਹੀ ਬਣ ਗਈ ਆ ਬਈ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜਿੱਥੇ ਜਵਾਨ ਪਹਿਲਾਂ ਪਰੇਡ ਕਰਦੇ ਸੀ ਅਤੇ ਉੱਥੇ ਕਿਸਾਨ ਵੀ ਬਰਾਬਰ ਪਰੇਡ ਕਰਨਗੇ। ਅਤੇ ਮੇਰੀ ਤਾਂ ਸਰਕਾਰ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹ ਕਾਨੂੰਨਾਂ ਨੂੰ ਰੱਦ ਕਰਕੇ ਅਤੇ ਸਾਰੇ ਸੁੱਖੀ ਸਾਂਦੀ ਆਪੋ ਆਪਣੇ ਘਰਾਂ ਨੂੰ ਪਹੁੰਚਦੇ ਹੋਣ। ਅਤੇ ਜਿਹੜੇ ਵਿੱਚ ਅਸੀਂ ਸ਼ਰਧਾਂਜਲੀ ਭੇਟ ਕਰਦੇ, ਜਿਹੜੇ 100 ਤੋਂ ਉੱਪਰ ਜਿਹੜੇ ਆਪਣੇ ਸ਼ਹੀਦੀਆਂ ਦੇ ਚੁੱਕੇ ਆ ਸਾਡਾ, ਉਹਨਾਂ ਨੂੰ ਵੀ ਸਲਾਮ ਹੈ ਜੀ। ਰੋਡ ਦੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਸਵੇਰ ਤੋਂ ਲਗਭਗ 2-3 ਦਿਨ ਹੋ ਗਏ ਲਗਾਤਾਰ ਜਿਹੜੀਆਂ ਕਤਾਰਾਂ ਚੱਲਦੀਆਂ ਜਾ ਰਹੀਆਂ ਆ ਅਤੇ ਹਰ ਤਰ੍ਹਾਂ ਦਾ ਜਿਹੜਾ ਸਹਿਯੋਗ ਆ ਉਹ ਪੰਜਾਬ ਤੋਂ ਲੈ ਕੇ ਹਰਿਆਣਾ, ਯੂਪੀ ਸਾਰੇ ਤਰ੍ਹਾਂ ਦੇ ਦੇ ਰਹੇ ਆ। ਇਹ ਜਿਹੜਾ ਮਾਹੌਲ ਆ ਇਹਨੂੰ ਪਹਿਲਾਂ ਇੱਕ ਕਿਸਾਨ ਦਾ ਅੰਦੋਲਨ ਆਪਾਂ ਕਹਿੰਦੇ ਸੀਗੇ, ਪਰ ਹੁਣ ਇਹ ਇੱਕ ਜਨ ਅੰਦੋਲਨ, ਇੱਕ ਲੋਕ ਅੰਦੋਲਨ ਬਣ ਚੁੱਕਾ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਇਕੱਲਾ ਜਵਾ ਕਿਸਾਨ ਦਾ ਅੰਦੋਲਨ ਨਹੀਂ ਹੁਣ ਰਹਿ ਗਿਆ, ਇਹ ਹਰ ਇੱਕ ਇਨਸਾਨ ਦਾ ਅੰਦੋਲਨ ਆ, ਕਿਉਂਕਿ ਸਾਰੇ ਹੀ ਨੌਜਵਾਨ ਜਿਹੜੇ ਬਹੁਤ ਪੜ੍ਹੇ ਲਿਖੇ ਆ, ਅੱਜ ਕੱਲ੍ਹ ਸਾਰਾ ਵਰਗ ਹੀ ਪੜ੍ਹਿਆ ਲਿਖਿਆ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਕਿਸਾਨ ਨਾਲੋਂ ਵੱਧ ਅਤੇ ਆਮ ਜਿਹੜੇ ਆ ਸਾਰੇ ਹੀ ਜੇ ਜ਼ਮੀਨਾਂ ਹੀ ਖੋਹ ਲਈਆਂ ਜਿੱਥੋਂ ਸਾਨੂੰ ਕਣਕ ਚੌਲ ਆਉਣੇ ਆ, ਜੇ ਉਹੀ ਨਾ ਸਾਡੇ ਕੋਲ ਰਹੇ ਤਾਂ ਇਹ ਜਿਹੜੇ ਅੱਜ ਅਸੀਂ 35 ਰੁਪਏ ਕਿਲੋ ਆਟਾ ਲੈਂਦੇ ਹਾਂ ਉਹ ਸਾਨੂੰ 500 ਨੂੰ ਮਿਲਿਆ ਕਰੂਗਾ। ਇਸ ਕਰਕੇ ਜਨ ਅੰਦੋਲਨ ਬਣ ਗਿਆ ਜੀ। 26 ਜਨਵਰੀ ਦੀ ਜਿਹੜੀ ਪਰੇਡ ਆ ਉਹਦੇ ਬਾਰੇ ਸ਼ਾਮਿਲ ਹੋਵੋਗੇ ਉਹਦੇ ਵਿੱਚ ਜਾ ਕੇ ਅਤੇ ਕੀ ਉਹਦੇ ਵਾਸਤੇ ਤਿਆਰੀਆਂ ਆ? 26 ਜਨਵਰੀ ਵਿੱਚ ਅਸੀਂ ਸ਼ਾਮਿਲ ਹੋਣ ਤੋਂ ਆਏ ਹਾਂ ਜੀ। ਪਹਿਲੇ ਦਿਨ ਤੋਂ ਸਾਡੇ ਬਜ਼ੁਰਗ ਉੱਥੇ ਬੈਠੇ ਵੀ ਆ ਬਾਰਡਰ ਦੇ ਉੱਤੇ ਅਤੇ ਅੱਜ ਵੀ ਸਾਡੇ ਕਮ ਸੇ ਕਮ 15 ਟਰੈਕਟਰ ਜਿਹੜੇ ਆ ਇਸ ਟਾਈਮ ਹੁਣ ਰਾਜਪੁਰੇ ਪਹੁੰਚ ਚੁੱਕੇ ਆ ਅਤੇ ਅਸੀਂ ਪਰੇਡ ਦੇ ਵਿੱਚ ਸ਼ਾਮਿਲ ਹੋਵਾਂਗੇ। ਅਤੇ ਮੈਨੂੰ ਲੱਗਦਾ ਜਿੱਦਾਂ ਸੜਕ ਦੇ ਉੱਤੇ ਦੇਖਿਆ ਤਾਂ ਮੈਨੂੰ ਲੱਗਦਾ 26 ਜਨਵਰੀ ਤੋਂ ਬਾਅਦ ਵੀ ਇੱਦਾਂ ਹੀ ਚੱਲੂਗਾ ਇਹ ਤਾਂ ਜੀ। 26 ਜਨਵਰੀ ਤੋਂ ਬਾਅਦ ਵੀ ਇਹ ਜਿਹੜਾ ਮਾਹੌਲ ਹੈ ਇਸੇ ਤਰ੍ਹਾਂ ਬਰਕਰਾਰ ਰਹੂਗਾ, ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਇਹ ਜਿਹੜਾ ਸੰਘਰਸ਼ ਹੈ ਇਹ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਹਿਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ। ਆਪਣੇ ਕੈਮਰਾਮੈਨ ਪ੍ਰਵੀਰ ਸਿੰਘ ਸੰਧੂ ਦੇ ਨਾਲ ਦਵਿੰਦਰ ਸਿੰਘ ਖਾਲਸਾ ਦੀ ਰਾਜਪੁਰਾ ਤੋਂ ਇਹ ਵਿਸ਼ੇਸ਼ ਰਿਪੋਰਟ। ਮੋਦੀ ਸਰਕਾਰ ਮੁਰਦਾਬਾਦ, 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 ਮੋਦੀ ਸਰਕਾਰ ਮੁਰਦਾਬਾਦ, 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 ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ, ਲੋਕਾਂ ਦਾ ਏਕਾ ਜਿੰਦਾਬਾਦ, 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 ਮੋਦੀ ਸਰਕਾਰ ਮੁਰਦਾਬਾਦ, 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 ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ, ਮੋਦੀ ਸਰਕਾਰ ਮੁਰਦਾਬਾਦ, 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 ਮੋਦੀ ਸਰਕਾਰ ਮੁਰਦਾਬਾਦ।
ਜ਼ਿੰਦਾਬਾਦ ਮਰਦਾਬਾਦ।